ਪੰਜਾਬ ਸਰਕਾਰ ਵੱਲੋਂ ਸੱਦੀ ਗਈ ਆਲ ਪਾਰਟੀ ਮੀਟਿੰਗ 'ਚ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਨਾ ਦਿੱਤੇ ਜਾਣ 'ਤੇ ਪਾਰਟੀ ਦੇ ਨੁਮਾਇੰਦਿਆਂ ਨੇ ਮੀਟਿੰਗ ਹਾਲ ਦੇ ਬਾਹਰ ਹੰਗਾਮਾ ਕੀਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ ਚੋਣ ਕਮਿਸ਼ਨ ਵੱਲੋਂ ਜੋ ਪਾਰਟੀ ਰਜਿਸਟਰਡ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ। ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਦੀ ਗਈ ਸਿਰਫ ਪਾਰਟੀ ਮੀਟਿੰਗ ਦਾ ਨਿਯੋਤਾ ਨਹੀਂ ਮਿਲਣ ਤੋਂ ਬਾਅਦ ਨਾਰਾਜ਼ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਭਵਨ ਦੇ ਬਾਹਰ ਮੋਰਚਾ ਖੋਲ ਦਿੱਤਾ। ਸ਼ੁਰੂਆਤ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੁਲਿਸ ਨੇ ਉਹਨਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ, ਜਿਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪੁਲਿਸ ਦੇ ਦਰਮਿਆਨ ਧੱਕਾ ਮੁੱਕੀ ਵੀ ਹੋਈ। ਇਹ ਸਰਕਾਰ ਦਾ ਵਿਸਤਰਾ ਧਿਆਨ ਨਿਯਮ ਤੇ ਕਾਨੂੰਨ ਸਿੱਕੇ ਟੰਗ ਦਿਆ। ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ MLA 2 ਆਏ ਆ, ਤੁਸੀਂ ਪੰਜਾਬ ਭਵਨ ਦੀ ਬਿਲਡਿੰਗ 'ਚ ਵੜਨ ਤੋਂ ਰੋਕ ਸਕਦੇ ਹੋ? ਮੀਟਿੰਗ ਲਈ ਸੱਦਾ ਨਹੀਂ ਹੈਗਾ, ਅਸੀਂ ਉਸ ਹਾਲ 'ਚ ਨਹੀਂ ਜਾਵਾਂਗੇ। ਸਾਨੂੰ ਕੋਈ ਹੁਕਮ ਦਿਖਾ ਦਿਓ ਜਿਹੜਾ ਪੰਜਾਬ ਭਵਨ 'ਚ ਸਾਨੂੰ ਵੜਨ ਤੋਂ ਰੋਕਦਾ ਹੋਵੇ। ਨੋ ਐਨੀ ਰਿਟਨ ਆਰਡਰ। ਕਹਿੰਦੀ ਵਰਬਲ ਹੁਕਮ ਆਇਆ, ਅੰਦਰ ਕੋਈ ਡਾਇਰੈਕਟਰ ਸੰਧੂ ਹੈਗਾ, ਮੈਂ ਉਹਨਾਂ ਨਾਲ ਸਾਡੀ ਗੱਲ ਕਰਾ ਦਿਓ। ਅਸੀਂ ਉਹ ਸੰਧੂ ਸਾਹਿਬ ਨੂੰ ਪੁੱਛ ਲੈਂਦੇ ਹਾਂ ਵੀ ਭਾਈ ਕਿਉਂ ਸਾਨੂੰ ਰੋਕਿਆ? ਪੰਜਾਬ ਭਵਨ ਦੀ ਬਿਲਡਿੰਗ ਦੇ ਵਿੱਚ ਵੜਨ 'ਤੇ ਤਾਂ ਪਾਬੰਦੀ ਨਹੀਂ, ਨੋ ਐਨੀ ਆਰਡਰ। ਅਤੇ ਇਹ ਲੋਕ, ਅਸੀਂ ਤਾਂ ਹੈਗੇ ਹਾਂ ਗਿਣਤੀ ਦੇ ਵਿੱਚ 5-7, ਤੇ ਸੈਂਕੜਿਆਂ ਦੀ ਗਿਣਤੀ 'ਚ ਪੁਲਿਸ ਵਾਲੇ ਲਾ ਕੇ ਕੈਪਟਨ ਅਮਰਿੰਦਰ ਸਿੰਘ ਕੀ ਜਚਾਉਣਾ ਚਾਹੁੰਦੇ ਆ? ਓਨਲੀ ਪਾਰਟੀਜ਼ ਜਿਹੜੀਆਂ ਰੈਗੂਲਰ ਪਾਰਟੀਜ਼ ਨੇ, ਜੋ ਇਲੈਕਸ਼ਨ ਕਮਿਸ਼ਨ ਰੈਕਗਨਾਈਜ਼ ਕਰਦੀਆਂ ਨੇ, ਉਹਨਾਂ ਨੂੰ ਹੀ ਬੁਲਾਇਆ ਗਿਆ। ਸਿਮਰਜੀਤ ਸਿੰਘ ਬੈਂਸ ਨੂੰ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਇਮਾਨਦਾਰ ਨਹੀਂ ਨੇ। ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਸਰਕਾਰ ਦੀ ਕਠਪੁਤਲੀ ਤੱਕ ਕਹਿ ਦਿੱਤਾ। ਉਥੇ ਰਿਪੇਰੀਅਨ ਲਾਅ ਦਾ ਹਵਾਲਾ ਦੇ ਕੇ ਪਾਣੀ ਦੀ ਰਾਇਲਟੀ ਵਸੂਲੇ ਜਾਣ ਦੀ ਮੰਗ ਵੀ ਇੱਕ ਵਾਰ ਫਿਰ ਤੋਂ ਦੁਹਰਾਈ ਗਈ। ਉਹ ਮੋਦੀ ਕੋਲੇ ਜੋ ਪਿੱਛੋਂ ਫਰਮਾਨ ਆਉਂਦਾ ਤੇ ਕੈਪਟਨ ਅਮਰਿੰਦਰ ਸਿੰਘ ਉਧਰ ਤੁਰਦੇ ਆ ਪੰਜਾਬ ਦੇ ਹਕੂਕ ਵਾਸਤੇ। ਜੇ ਅਸੀਂ ਅਸੈਂਬਲੀ ਦੇ ਵਿੱਚ ਪ੍ਰੋਟੈਸਟ ਕਰਕੇ ਵਾਕਆਊਟ ਕੀਤਾ, ਖੁਦ ਆਲ ਪਾਰਟੀ ਮੀਟਿੰਗ ਇਹਨਾਂ ਨੇ ਅਨਾਊਂਸ ਕੀਤੀ, ਤੇ ਅੱਜ ਤੁਸੀਂ ਕਹਿ ਦਿਓ ਵੀ ਬੈਂਸ ਨੂੰ ਵੜਨ ਨਹੀਂ ਦੇਣਾ? ਕਿ ਰਿਪੇਰੀਅਨ ਸਟੇਟ, ਜਿਹੜੀ ਸਟੇਟ ਦੇ ਵਿੱਚੋਂ ਕੁਦਰਤੀ ਨਦੀਆਂ ਤੇ ਦਰਿਆ ਵਗਦੇ ਆ, ਉਹ ਸਟੇਟ ਦੀ ਅਸੈਂਬਲੀ ਇੰਪਾਵਰਡ ਆ ਫੈਸਲਾ ਲੈਣ ਵਾਸਤੇ ਪਾਣੀ ਦਾ? ਨਾ ਪ੍ਰਧਾਨ ਮੰਤਰੀ, ਨਾ ਰਾਸ਼ਟਰਪਤੀ, ਨਾ ਸੁਪਰੀਮ ਕੋਰਟ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ। 50s ਇਹ ਜਦੋਂ ਰਾਜਸਥਾਨ ਨੂੰ ਪਾਣੀ ਚਾਰਜ ਕੀਤਾ ਸੀ, ਗਵਰਨਮੈਂਟ ਆਫ ਇੰਡੀਆ ਨੇ ਉਦੋਂ ਫੈਸਲਾ ਕੀਤਾ ਸੀ ਐਟ ਦ ਟਾਈਮ ਆਫ ਗੁਲਜ਼ਾਰੀ ਲਾਲ ਨੰਦਾ ਜੀ ਕਿ ਦੇਰ ਵਿਲ ਬੀ ਨੋ ਮਨੀ ਚਾਰਜਡ ਇਨ ਇੰਟਰ ਸਟੇਟ ਟੂ ਸਟੇਟ ਬੇਸਿਸ, ਐਂਡ ਉਹੀ ਚੱਲ ਰਿਹਾ ਉਦੋਂ ਤੋਂ। ਤਾਂ ਹੀ ਔਨ ਦੀ ਇਸ਼ੂ ਆਫ ਕਿ ਪੇਮੈਂਟ ਕਿਸੇ ਤੋਂ ਰਾਇਲਟੀ ਲੈਣੀ ਹੈ, ਦੈਟ ਇਜ਼ ਅ ਕੁਐਸਚਨ ਆਫ ਪਾਰਲੀਮੈਂਟ ਟੂ ਡਿਸਾਈਡ। ਲੋਕ ਇਨਸਾਫ਼ ਪਾਰਟੀ ਪਾਣੀ ਦੇ ਮੁੱਦੇ ਨੂੰ ਵਿਧਾਨ ਸਭਾ ਦੇ ਅੰਦਰ ਵੀ ਚੁੱਕ ਚੁੱਕੀ ਹੈ। ਦਿੱਲੀ ਅਤੇ ਹਿਮਾਚਲ ਦੇ ਦਰਮਿਆਨ ਹੋਏ ਸਮਝੌਤੇ ਦਾ ਹਵਾਲਾ ਦੇ ਕੇ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਰਾਇਲਟੀ ਵਸੂਲੇ ਜਾਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੁਲਬੀਰ ਦੀਵਾਨ, ਜ਼ੀ ਮੀਡੀਆ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।